ਸਰਦਾਰ ਪ੍ਰੇਮਲ ਸਿੰਘ ਖਾਲਸਾ ਐਮ ਐਲ ਏ ਪਧੋੜਨੇ ਜੀ ਮੇਰੇ ਇਮੀਡੀਏਟ ਲੈਫਟ ਤੇ ਸਰਦਾਰ ਜਗਦੀਪ ਸਿੰਘ ਕਮਾਲੂ ਐਮ ਐਲ ਏ ਮੋੜ ਨੇ ਔਰ ਐਕਸਟ੍ਰੀਮ ਲੈਫਟ ਤੇ ਮੇਰੇ ਸਰਦਾਰ ਰਸ਼ਪਾਲ ਸਿੰਘ ਜੀ ਜੋੜਾ ਮਾਜਰਾ ਸਾਡੀ ਪਾਰਟੀ ਨਾਲ ਬਹੁਤ ਸੀਨੀਅਰ ਕੁਲੀਗ ਨੇ ਬਹੁਤ ਸਾਡੇ ਸਤਿਕਾਰਯੋਗ ਦੋਸਤ ਨੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ 26 ਤੇ 27 ਦਾ ਵਕ ਵਕ ਕਿਸਾਨ ਜਥੇਬੰਦੀਆਂ ਦਾ ਦਿੱਲੀ ਵਿਖੇ ਧਰਨਾ ਰੋਸ ਧਰਨਾ ਮੁਜ਼ਾਹਰਾ ਹੈ ਅਸੀਂ ਜਿੱਥੇ ਅਸੀਂ ਆਪ ਤਾਂ ਜਾਵਾਂਗੇ ਜਾਵਾਂਗੇ ਸਾਰੇ ਅਸੀਂ ਆਪਣੀ ਪਾਰਟੀ ਦੇ ਸਮੂਹ ਵਰਕਰ ਸਹਿਬਾਨ ਜਿੰਨੇ ਵੀ ਸਾਡੇ ਸੁਭਚਿੰਤਕ ਨੇ ਉਹਨਾਂ ਸਭ ਨੂੰ ਸੁਣੇ ਲਾ ਕੇ ਇਸ ਰੋਸ ਮੁਜਾਰੇ ਨੂੰ ਪੂਰਨ ਤੌਰ ਤੇ ਕਾਮਯਾਬ ਕਰਨ ਦਾ ਉਪਰਾਲਾ ਕਰਾਂਗੇ ਇਸ ਦੇ ਨਾਲ ਹੀ ਮੇਰੀ ਪੰਜਾਬ ਦੇ ਸਮੂਹ ਜਿਹੜੇ ਪੰਜਾਬ ਚ ਜਿੰਨੇ ਵੀ اخਲਾਕੀ ਲੋਕ ਨੇ ਜਿਹੜੇ ਸਮਝਦੇ ਨੇ ਕਿ ਕਿਸਾਨਾਂ ਨਾਲ ਜ਼ਿਆਤੀ ਹੋ ਰਹੀ ਆ ਭਾਜਪਾ ਦੀ ਸਰਕਾਰ ਵਿਤਕਰਾ ਕਰ ਰਹੀ ਹੈ ਬੀਜੇਪੀ ਦੀ ਸਰਕਾਰ ਅ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ ਪੰਜਾਬ ਦਾ ਲੱਕ ਤੋੜਨਾ ਚਾਹੁੰਦੀ ਹੈ ਉਹਨਾਂ ਸਭ ਦਾ ਇਹ ਨੈਤਿਕ ਫਰਜ਼ ਹੈ ਕਿ ਆਪਾਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਕਾਲ ਦਾ ਪੂਰਾ ਪੂਰਾ ਸਮਰਥਨ ਕਰੀਏ ਉਥੇ ਆ ਪਹੁੰਚ ਕੇ ਜਿੰਨਾ ਵੀ ਮਦਦ ਕਰ ਸਕਦੇ ਸ਼ਮੂਲੀਅਤ ਕਰ ਸਕਦੇ ਆ ਉਹਦੇ ਨਾਲ ਪੰਜਾਬ ਦਾ ਜਿਹੜਾ ਪੱਖ ਹੈਗਾ ਉਹ ਨਾ ਸਿਰਫ ਦੇਸ਼ ਵਿੱਚ ਬਲਕਿ ਸਾਰੇ ਵਿਸ਼ਵ ਦੇ ਵਿੱਚ ਇਹ ਇੱਕ ਵੱਡਾ ਸੁਨੇਹਾ ਜਾਵੇਗਾ ਕਿ ਪੰਜਾਬ ਹਮੇਸ਼ਾ ਦੀ ਤਰ੍ਹਾਂ ਕਿਸੇ ਵੀ ਜ਼ੁਲਮ ਦੇ ਖਿਲਾਫ ਕਿਸੇ ਵੀ ਬੇਇਨਸਾਫੀ ਦੇ ਖਿਲਾਫ ਇੱਕ ਮੁੱਠ ਹੋ ਕੇ ਲੜਨ ਵਾਸਤੇ ਤਿਆਰ ਹੈ। ਔਰ ਮੈਨੂੰ ਥੋੜਾ ਜਿਹਾ ਅਫਸੋਸ ਸੀਗਾ ਕਿ ਜਦੋਂ ਵਿਧਾਨ ਸਭਾ ਦੇ ਵਿੱਚ 115 ਐ ਐਮਐਲਏਜ਼ ਨੇ ਸਮਰਥਨ ਦਿੱਤਾ ਸੀਗਾ ਮਤਾ ਵੀ ਪਾਸ ਕਰਤਾ ਸੀ ਕਾਨੂੰਨ ਪਾਸ ਕਰਤਾ ਸੀ ਉਸ ਤੋਂ ਬਾਅਦ ਗਵਰਨਰ ਪੰਜਾਬ ਦੇ ਕੋਲ ਵੀ ਸਾਰੇ ਇਕੱਠੇ ਹੋ ਕੇ ਅਸੀਂ ਜਾਏ ਸੀਗੇ ਉਸ ਤੋਂ ਬਾਅਦ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਜਿਹੜਾ ਯੂ-ਟਰਨ ਲਿਆ ਉਹ ਸ਼ੋਭਦਾ ਨਹੀਂਗਾ ਉਹਦੇ ਨਾਲ ਪੰਜਾਬ ਦੀ ਜਿਹੜੀ ਐ ਲੱਗਦਾ ਕਿ ਪੰਜਾਬ ਦੀਆਂ ਧਿਰਾਂ ਇੱਕ ਮੁਠ ਨਹੀਂ ਹਨ ਕਿਸਾਨ ਮੁੱਦਿਆਂ ਦੇ ਉੱਤੇ ਠੀਕ ਹੈ ਵੋਟਾਂ ਅਲੱਗ ਗੱਲ ਆ ਪਾਰਟੀਆਂ ਨੇ ਆਪਣੀ ਆਪਣੇ ਚੋਣ ਮੈਨੀਫੈਸਟੋ ਤੇ ਆਪਣੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜਨੀਆਂ ਪੱਜ ਅੱਜ ਇਲੈਕਸ਼ਨ ਦੀ ਗੱਲ ਨਹੀਂ ਗਈ ਅੱਜ ਤਾਂ ਪੰਜਾਬ ਦੀ ਆਇਡੈਂਟੀਟੀ ਕ੍ਰਾਈਸਿਸ ਆ ਪੰਜਾਬ ਦੀ ਹੋਣ ਦਖਤਰੇ ਵਿੱਚ ਪਾਈ ਆ ਮੋਦੀ ਸਾਹਿਬ ਦੀ ਸਰਕਾਰ ਨੇ ਔਰ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ 1 ਲੱਖ ਕਰੋੜ ਦਾ ਕਰਜ਼ਈ ਆ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਮੁਸ਼ਕਲਾਂ ਦਾ ਦਰਪੇਸ਼ ਹਨ ਤੇ ਆਤਮ ਹੱਤਿਆ ਕਰ ਰਿਹਾ ਲਗਾਤਾਰ ਵੱਡੀ ਤਾਦਾਦ ਵਿੱਚ ਜੇ ਕਿਸਾਨ ਹੀ ਨਾ ਬਚਿਆ ਜੇ ਪੰਜਾਬ ਦੀ ਕਿਸਾਨੀ ਨਾ ਬਚੀ ਤਾਂ ਫਿਰ ਵੋਟਾ ਕਿੱਥੋਂ ਲਵਾਵਾਂਗੇ ਕਿਹਦੇ ਕੋਲ ਮੰਗਣ ਜਾਵਾਂਗੇ ਆਪਾਂ ਇਸ ਲਈ ਅੱਜ ਸਭ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਔਰ ਮੈਂ ਬਲਕਿ ਦੇਖ ਰਿਹਾ ਹਾਂ ਕਿ ਕਾਫੀ ਸਾਰੀਆਂ ਪਾਰਟੀਆਂ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਆਪਣੇ ਮੈਂ ਕਜ਼ ਨੂੰ ਉੱਥੇ ਭੇਜਾਂਗੇ ਔਰ ਕੋਈ ਕਿਸੇ ਤਰ੍ਹਾਂ ਦਾ ਝੰਡਾ ਪਾਰਟੀ ਦਾ ਇਸਤੇਮਾਲ ਨਹੀਂ ਕਰਾਂਗੇ ਆਪਾਂ ਨੂੰ ਸਭ ਨੂੰ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਕਾਨੂੰਨ ਬਣਾਏ ਨੇ ਸਾਰੇ ਕਿਸਾਨ ਵਿਰੋਧੀ ਬੀਜੇਪੀ ਸਰਕਾਰ ਨੇ ਹੁਣ ਦੇਖੋ ਹਰ ਕਿਸਮ ਦਾ ਸੁਨੇਹਾ ਸ਼ਾਂਤਮਈ ਢੰਗ ਦੇ ਨਾਲ ਪੰਜਾਬੀਆਂ ਨੇ ਦਿੱਤਾ ਕਿਸਾਨ ਜਥੇਬੰਦੀਆਂ ਨੇ ਪਿਛਲੇ ਲਗਭਗ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਪਰ ਕਿਸੇ ਦੇ ਚੀਚੀ ਤੇ ਵੀ ਸੱਟ ਨਹੀਂ ਲੱਗਣ ਦਿੱਤੀ ਇਸ ਨੂੰ ਉਹਨਾਂ ਨੂੰ ਅੱਛਾ ਤੇ ਇੱਕ ਪੀਸਫੁੱਲ ਸ਼ਾਂਤਮਈ ਐਜਿਟੇਸ਼ਨ ਨਹੀਂ ਹੋ ਸਕਦੀ ਕੋਈ ਵੀ। ਔਰ ਇਸ ਦੇ ਨਾਲ ਨਾਲ ਹੀ ਪੰਜਾਬ ਦੀ ਵਿਧਾਨ ਸਭਾ ਨੇ ਜਿਹਦੀ 117 ਮੈਂਬਰਸ ਲਗਭਗ 3 ਕਰੋੜ ਲੋਕਾਂ ਦੀ ਤਰਜਮਾਨੀ ਕਰਦੇ ਆ ਅਸੀਂ ਉੱਥੇ ਵੀ ਉਹਨਾਂ ਨੂੰ ਸੁਣਿਆ ਦਿੱਤਾ ਕਿ ਸਾਨੂੰ ਇਹ ਕਬੂਲ ਨਹੀਂਗੇ। ਪਰ ਇਹਦੇ باوجود ਭਾਜਪਾ ਬਜ਼ਿੱਦ ਆ ਔਰ ਇੱਕ ਕਿਸਮ ਦੀ ਟਿਚਰਾਂ ਕਰਦੀ ਆ ਪੰਜਾਬ ਦੇ ਲੋਕਾਂ ਨੂੰ ਜਾਂ ਉਹ ਇੱਕ ਸਬਕ ਸਖੌਣ ਦੀ ਨੀਤੀ ਤੇ ਉਤਰੇ ਹੋਏ ਨੇ। ਕਦੀ ਕਿਸਾਨਾਂ ਦੇ ਸੰਘਰਸ਼ ਨੂੰ ਵਿਚੋਲੀਆਂ ਦਾ ਸੰਘਰਸ਼ ਕਹਿੰਦੇ ਆ ਕਦੀ ਹੁੱਲੜਬਾਜ਼ ਕਹਿੰਦੇ ਨੇ ਕਦੀ ਕਹਿੰਦੇ ਨੇ नक्सਲਵਾਦੀ ਬੈਠੇ ਨੇ ਜਿਹੜੇ ਲੋਕਾਂ ਨੇ ਪੰਜਾਬ ਔਰ ਇਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਉਹਨਾਂ ਨੂੰ ਇਹ ਇਸ ਤਰ੍ਹਾਂ ਦਾ ਵਿਵਹਾਰ ਭਾਜਪੀ ਨੂੰ ਸ਼ੋਬਦਾ ਨਹੀਂਗਾ ਪੰਜਾਬ ਦੇ ਬਹਾਦਰ ਲੋਕ ਉਹ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਦੇ ਰਸੇ ਚੁੰਮੇ ਕਾਲੀ ਪਾਣੀ ਕਾਲੇ ਪਾਣੀ ਦੀਆਂ ਜੇਲਾਂ ਕੈਦਾਂ ਕੱਟੀਆਂ ਔਰ ਇਥੇ ਹੀ ਬਸ ਨਹੀਂ ਭਾਰਤ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਘਰ ਪਾਕਿਸਤਾਨ ਤੋਂ ਜਾਇਦਾਦਾਂ ਉਜਾੜ ਕੇ ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਾ ਕੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਪੋਸਟ ਇੰਡੀਪੈਂਡੈਂਸ ਡੂਰਿੰਗ ਦਾ ਲਾਸਟ 73 ইয়ার্স देयर इज नो ਫੀਲਡ ਵੇਅਰ ਪੰਜਾਬੀਜ਼ हैव नॉट ਕੰਟ੍ਰਿਬਿਊਟਿਡ ਚਾਹੇ ਉਹ ਖੇਤੀ ਦੀ ਦਾ ਇਹ ਆਪਾਂ ਕਹਿ ਸਕਦੇ ਹਾਂ ਕਿ ਟ੍ਰੇਡ ਹੋਵੇ ਚਾਹੇ ਹੋ ਫੌਜਾਂ ਵਿੱਚ ਜਾ ਕੇ ਬਾਰਡਰਾਂ ਦੇ ਉੱਤੇ ਰਾਖੀ ਕਰਨੀ ਹੋਵੇ ਅੱਜ ਵੀ ਚੀਨ ਨਾਲ ਪਿੱਛੇ ਲੜਾਈ ਹੋਈ 4 20 ਨੌਜਵਾਨ ਮਾਰੇ ਗਏ ਸੀ ਉਹਨਾਂ ਚੋਂ 4 ਨੌਜਵਾਨ ਪੰਜਾਬ ਦੇ ਸੀਗੇ ਆਬਾਦੀ ਸਾਡੀ ਡੇਟ ਪੈਸੇ ਆ ਕੰਟ੍ਰਿਬਿਊਸ਼ਨ ਸਾਡੀ 25 ਪੈਸੇ ਆ ਇਨਸੋ ਫਾਲਡ ਡਿਫੈਂਡਿੰਗ ਦਾ ਬਾਰਡਰਸ ਆਫ ਦਿਸ ਕੰਟਰੀ ਆ ਕਨਸਰਨ ਸਿਮਿਲਰਲੀ ਖੇਡਾਂ ਵਿੱਚ ਵੱਡੇ ਵੱਡੇ ਸਮਗੇ ਜਿੱਤ ਕੇ 올림픽ਸ ਵਿੱਚ ਜਦੋਂ ਭਾਰਤ ਦਾ ਝੰਡਾ ਝੂਲਦਾ ਉਹਦੇ ਸਾਰੇ ਦੇਸ਼ ਦਾ ਨਾਮ ਬਣਦਾ ਵਾ ਇਸ ਲਈ ਜਿਹੜਾ ਰਵਈਆ ਕੇਂਦਰ ਦੀ ਸਰਕਾਰ ਨੇ ਪੰਜਾਬ ਪ੍ਰਤੀ ਅਪਣਾਇਆ ਵਾ ਉਹ ਮੈਂ ਸਮਝਦਾ ਕਿ ਇਹ ਲੱਗਦਾ ਵਾ ਜਿੱਦਾਂ ਪੰਜਾਬ ਕੋਈ ਇਸ ਦੇਸ਼ ਦਾ ਸੂਬਾ ਨਹੀਂ ਗਿਣਦੇ ਉਹ ਇਹਨੂੰ ਇੱਕ ਇੱਕ ਦੁਸ਼ਮਣ ਦੇਸ਼ ਦਾ ਸੂਬਾ ਗਿਣੀ ਬੈਠੇ ਨੇ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬੀਆਂ ਨੇ ਕਿਸਾਨਾਂ ਨੇ ਖਾਸ ਤੌਰ ਤੇ ਦੇਖੋ ਹਰੀ ਕ੍ਰਾਂਤੀ ਦੇ ਨਾਮ ਤੇ ਦੇਸ ਦਾ ਅਨਾਜ ਦਾ ਭੰਡਾਰ ਭਰਨ ਦੇ ਵੀ ਖਾਤਰ ਆਪਣਾ ਸਭ ਕੁਝ ਤਬਾਹ ਕਰਾ ਲਿਆ ਅੱਜ ਅਸੀਂ ਭਾਰਤ ਨੂੰ ਫੂਡ ਵਿੱਚ ਸੈਲਫ ਸਫੀਸ਼ੀਐਂਟ ਤਾਂ ਬਣਾਤਾ ਵਾ ਪਰ ਪੰਜਾਬ ਦੀ ਜ਼ਰਖੇਸ਼ ਧਰਤੀ ਪੰਜਾਬ ਦੀ ਜਿਹੜੀ ਜ਼ਮੀਨ ਆ ਉਹ ਹਰੀ ਕ੍ਰਾਂਤੀ ਤੋਂ ਲੈ ਕੇ ਅੱਜ ਇੰਨੇ ਦਹਾਕਿਆਂ ਵਿੱਚ ਇੰਨੀਆਂ ਖਾਦਾਂ ਪਈਆਂ ਇੰਨੇ ਕੀੜੇਮਾਰ ਦਵਾਈਆਂ ਪਈਆਂ ਇੰਨੇ ਹੋਰ ਕੈਮੀਕਲਸ ਪਾਏ ਗਏ ਨੇ ਕਿ ਸਾਡੀ ਧਰਤੀ ਤਬਾਹ ਹੋ ਚੁੱਕੀ ਆ ਸਾਡੀ ਧਰਤੀ ਦਾ ਹੇਠਲਾ ਪਾਣੀ ਇਹ ਸਾਰੇ ਕੈਮੀਕਲਸ ਤੇ ਪੈਸਟਿਸਾਈਡਸ ਤੇ ਇਨਸੈਕਟਿਸਾਈਡਸ ਤੇ ਫਰਟੀਲਾਈਜ਼ਰਸ ਦੇ ਕਰਕੇ ਸਾਰਾ ਪਾਣੀ ਪੌਇਜ਼ਨਸ ਜ਼ਹਿਰੀਲਾ ਹੋ ਚੁੱਕਾ ਵਾ ਔਰ ਇਸ ਜ਼ਹਿਰੀਲੇ ਪਾਣੀ ਦੀ ਕਰਕੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੈਂਸਰ ਫੈਲਿਆ ਹੋਇਆ ਹੈਪਟਾਈਟਿਸ ਫੈਲਿਆ ਵਾ ਵਾਟਰ ਬੋਨ ਡਿਜ਼ੀਜ਼ਸ ਫੈਲੇ ਹੋਏ ਨੇ ਇਹ ਸਾਡੀ ਦੇਣ ਇਸ ਦੇਸ਼ ਨੂੰ ਅਨਾਜ ਵਿੱਚ ਮੂਰੇ ਲੈ ਕੇ ਆਉਣ ਦੀ ਉਪਰਾਲਾ ਸੀਗਾ ਠੀਕ ਹੈ ਸਾਡੇ ਤੇ ਪਹਿਲਾਂ ਵੀ ਬਹੁਤ ਹਮਲੇ ਹੋਏ ਨੇ ਸਾਡੇ ਤੇ ਅਬਦਾਲੀਆਂ ਦੁਰਾਨੀਆਂ ਮੁਗਲਾਂ ਦੇ ਹਮਲੇ ਹੋਏ ਅੰਗਰੇਜ਼ ਆਏ ਉਹਨਾਂ ਨੇ ਵੀ ਐਕਸਪਲੋਇਟ ਕੀਤਾ ਸਾਰੇ ਭਾਰਤ ਨੂੰ ਹਰ ਕਿਸਮ ਦੀ ਐਕਸਪਲੋਇਟੇਸ਼ਨ ਹੋਈ ਪਰ ਸਾਡੇ ਕੁਦਰਤੀ ਸਰੋਤ ਕਦੀ ਖਰਾਬ ਨਹੀਂ ਸੀ ਹੋਏ 73 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਪੰਜਾਬ ਦੇ ਕੁਦਰਤੀ ਸਰੋਤ ਖਰਾਬ ਹੋਏ ਨੇ ਸੋ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਜਿਹੜੀ ਬੀਜੇਪੀ ਕੇਂਦਰ ਦੀ ਸਰਕਾਰ ਸਾਡੇ ਨਾਲ ਬਦਲਾਖੋਰੀ ਤੇ ਉਤਰੀ ਹੋਈ ਆ ਸਾਡੀਆਂ ਟ੍ਰੇਨਸ ਬੰਦ ਕਰਤੀਆਂ ਸਾਡੀਆਂ ਖਾਦਾਂ ਰੋਕ ਦਿੱਤੀਆਂ ਅੱਜ ਯੂਰੀਆ 270 ਰੁਪਏ ਦਾ ਬੋਰਾ 450 ਰੁਪਏ ਨੂੰ ਬਲੈਕ ਵਿੱਚ ਪੰਜਾਬ ਚ ਵਿਕ ਰਿਹਾ ਵਾ ਕੌਣ ਸਮੇਵਾਰ ਆ ਇਹਦੇ ਵਾਸਤੇ ਕਣਕ ਨਹੀਂ ਬੀਜੀ ਜਾ ਰਹੀ ਪੂਰੀ ਸਾਡੇ ਕੋਲਾ ਰੋਕ ਦਿੱਤਾ ਕੀ ਕੇਂਦਰ ਸਰਕਾਰ ਪੰਜਾਬ ਨੂੰ ਆਪਣਾ ਸੂਬਾ ਨਹੀਂ ਸਮਝਦੀ ਕੀ ਇਹ ਫੈਡਰਲ ਢਾਂਚੇ ਵਿੱਚ ਸਟੇਟਾਂ ਦਾ ਕੋਈ ਅਧਿਕਾਰ ਨਹੀਂਗਾ ਸਾਡਾ 10000 ਕਰੋੜ ਰੁਪਿਆ ਜੀਐਸਟੀ ਦਾ ਰੋਕ ਦਿੱਤਾ ਸਾਡਾ ਰੂਰਲ ਡਵੈਲਪਮੈਂਟ ਫੰਡ ਦਾ 1100 ਕਰੋੜ ਰੁਪਇਆ ਰੋਕਿਆ ਹੋਇਆ ਇਹ ਕੀ ਇਥੋਂ ਕੀ ਨਜ਼ਰ ਆਉਂਦਾ ਸਾਨੂੰ ਸਾਨੂੰ ਇਹ ਨਜ਼ਰ ਆਉਂਦਾ ਵਾ ਕਿ ਸਾਡੇ ਤੇ ਉਲਟਾ ਹਮਲਾ ਮੰਗਦੇ ਤਾਂ ਅਸੀਂ ਆਂ ਕਿਸਾਨ ਸੰਘਰਸ਼ ਤੇ ਐਜੀਟੇਸ਼ਨ ਕਰ ਰਹੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਜਾਏ ਉਹਨਾਂ ਦੀਆਂ ਮੰਗਾਂ ਮੰਨਣ ਦੇ ਕੇਂਦਰ ਸਰਕਾਰ ਨੇ ਸ਼ਰਤਾ ਰੱਖਣੀਆਂ ਸ਼ੁਰੂ ਕਰਤੀਆਂ ਕਿ ਅਸੀਂ ਇਹ ਸਾਰੀਆਂ ਜਿਹੜੀਆਂ ਜ਼ਰੂਰੀ ਵਸਤੂਆਂ ਦੀਆਂ ਟ੍ਰੇਨਾਂ ਤਾਂ ਚਲਾਵਾਂਗੇ ਗੁੱਡ ਸਟ੍ਰੇਨਜ਼ ਜੇ ਤੁਸੀਂ ਪਹਿਲਾਂ ਪੈਸੇਂਜਰ ਟ੍ਰੇਨਾਂ ਚਲਾਉਂਗੇ ਸਾਰੇ ਜਾਣਦੇ ਕਿ ਕੋਵਿਡ ਦੇ ਕਰਕੇ ਪਿਛਲੇ ਕਾਫੀ ਅਰਸੇ ਤੋਂ ਪੈਸੇਂਜਰ ਟ੍ਰੇਨਸ ਚੱਲ ਨਹੀਂ ਰਹੀਆਂ ਸੀ ਪਰ ਇਹਦੇ باوجود ਕਿਸਾਨ ਜਥੇਬੰਦੀਆਂ ਨੇ ਠੀਕ ਫੈਸਲਾ ਲੈਂਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਰੇਲ Tracks ਖਾਲੀ ਕਰ ਦੇਾਂਗੇ ਅਸੀਂ ਰੇਲਵੇ ਸਟੇਸ਼ਨ ਖਾਲੀ ਕਰ ਦੇਾਂਗੇ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਨੀ ਚਾਹੀਦੀ ਹੈ ਇੱਥੇ ਹੀ ਬਸ ਨਹੀਂ ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੀਆਂ ਮੰਗਾਂ ਦੇ ਵਿੱਚ ਸੁਆਮੀਨਾਥਨ ਕਮੇਟੀ ਰਿਪੋਰਟ ਮੰਗਣੀ ਚਾਹੀਦੀ ਹੈ ਰეკਮੈਂਡੇਸ਼ਨਸ ਜਿਹੜਾ ਕਣਕ ਤੇ ਝੋਨੇ ਦਾ ਐਮਐਸਪੀ ਸਿਸਟਮ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਸਾਡੇ ਤੇ ਬਹਾਲ ਕਰੋ ਇਸੇ ਨੇ ਤਾਂ ਸਾਨੂੰ 1 ਲੱਖ ਕਰੋੜ ਦਾ ਕਰਜ਼ੇ ਹੀ ਬਣਾਇਆ ਵਾ ਕਣਕ ਤੇ ਝੋਨੇ ਦੇ ਫਸਲੀ ਚੱਕਰ ਨੇ ਸਾਨੂੰ 1 ਲੱਖ ਕਰੋੜ ਦਾ ਕਰਜ਼ੇ ਹੀ ਬਣਾਇਆ ਪੰਜਾਬ ਨੂੰ ਆਤਮ ਹੱਤਿਆ ਦਿੱਤੀਆਂ ਸੁਆਮੀਨਾਥਨ ਕਮੇਟੀ ਰਿਪੋਰਟ ਰეკਮੈਂਡੇਸ਼ਨ ਕਾਂਗਰਸ ਸਰਕਾਰ ਵੇਲੇ ਦੀ ਮੇਰੇ ਖਿਆਲ ਪਿਛਲੇ 10 ਸਾਲ ਦੀ ਉੱਥੇ ਦਿੱਲੀ ਦੇ ਕਿਸੇ ਦਫ਼ਤਰਾਂ ਵਿੱਚ ਧੂੜ ਚੱਟ ਰਹੀ ਹੈ ਬੀਜੇਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਕਿਹਾ ਸੀਗਾ ਕਿ ਸਾਨੂੰ ਤੁਸੀਂ ਵੋਟ ਪਾਓ ਅਸੀਂ ਸੁਆਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ ਉਹ ਤਾਂ ਸਾਨੂੰ ਕੀ ਦੇਣੀ ਸੀ ਸਾਡੇ ਤੋਂ ਜਿਹੜਾ ਇਸ ਵਕਤ ਜੋ ਸਾਡੇ ਰੋਜ਼ੀ ਰੋਟੀ ਸੀ ਉਹ ਵੀ ਖੋਈ ਜਾ ਰਹੀ ਆ ਨੌਜਵਾਨਾਂ ਦੇ ਮੂੰਹਾਂ 'ਚੋਂ ਬੁਰਕੀਆਂ ਖੋਈ ਜਾ ਰਹੀਆਂ ਪਹਿਲਾਂ ਹੀ ਪੰਜਾਬ ਦਾ ਨੌਜਵਾਨ ਹਤਾਸ਼ ਹੋ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਭੱਜ ਚੁੱਕਾ ਵਾ ਇਸ ਲਈ ਕੇਂਦਰ ਸਰਕਾਰ ਨੂੰ ਇਹ ਸਾਰੇ ਗੱਲ ਨੂੰ ਠੀਕ ਕਰਨਾ ਚਾਹੀਦਾ ਔਰ ਇਮਤਿਹਾਨ ਨਹੀਂ ਲੈਣਾ ਚਾਹੀਦਾ ਸਬਰ ਦਾ ਕੇਂਦਰ ਸਰਕਾਰ 임ਤहान ਲੈ ਰਹੀ ਆ ਪੰਜਾਬ ਦੇ ਲੋਕਾਂ ਦਾ ਔਰ ਅਗਰ ਕੱਲ ਨੂੰ ਜੋ ਨੀਤੀਆਂ ਅਪਣਾ ਰਹੀ ਹੈ ਕੇਂਦਰ ਸਰਕਾਰ ਅਗਰ ਪੰਜਾਬ ਦੇ ਹਾਲਾਤ ਕਿਸੇ ਤਰ੍ਹਾਂ ਨਾਲ ਰਾਜਕਤਾ ਵੱਲ ਜਾਂਦੇ ਨੇ ਖਰਾਬ ਹੁੰਦੇ ਨੇ ਕੋਈ ਕਿਸੇ ਤਰ੍ਹਾਂ ਦਾ ਭੰਨ ਤੋੜ ਹੁੰਦੀ ਆ ਉਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰ ਬੀਜੇਪੀ ਤੇ ਕੇਂਦਰ ਦੀ ਸਰਕਾਰ ਹੋਵੇਗੀ ਪੰਜਾਬ ਪਹਿਲਾਂ ਹੀ ਸੰਤਾਪ ਹਟਾ ਚੁੱਕਾ 80 ਦੇ ਦਹਾਕੇ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਾਹੌਲ ਖਰਾਬ ਹੋਵੇ ਮੰਗਦੇ ਕੀ ਆ ਸੰਵਿਧਾਨ ਦੇ ਵਿੱਚ ਰਹਿ ਕੇ ਆਪਣਾ ਅਧਿਕਾਰ ਮੰਗਦੇ ਆ ਆਪਣਾ ਹੱਕ ਮੰਗ ਰਹੇ ਆ ਇਸ ਲਈ ਇਹ ਹੱਕ ਸਾਨੂੰ ਮਿਲਣਾ ਚਾਹੀਦਾ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨਾਟ ਓਨਲੀ ਐਮਐਸਪੀ ਨਾਟ ਓਨਲੀ ਕੇ ਉਹ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਨੇ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2020 ਜਿਹੜਾ ਕਿ ਫੈਡਰਲ ਢਾਂਚੇ ਤੇ ਬਹੁਤ ਵੱਡਾ ਡਾਕਾ ਵਾ ਆਪੇ ਹੀ ਉੱਥੇ ਰੈਗੂਲੇਟਰ ਲਾਉਣਗੇ ਦਿੱਲੀ ਬੈਠੇ ਆਪੇ ਹੀ ਸਾਡੀ ਬਿਜਲੀ ਦੇ ਰੇਟਾਂ ਦਾ ਜੋ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਰੇਟ طرف ਸੌਣਗੇ ਉਹ ਦਿਲੋਂ ਤੈਅ ਹੋਇਆ ਕਰਨਗੇ ਇਸੇ ਤਰ੍ਹਾਂ ਜਿਹੜਾ ਪ੍ਰਾਲੀ ਨੂੰ ਸਾੜਨ ਦਾ 1 ਕਰੋੜ ਰੁਪਏ ਜੁਰਮਾਨਾ ਤੇ ਬਹੁਤ ਡ੍ਰੈਕੋਨियन ਯੂਆਪਾ ਟਾਈਪ ਲਾਅ ਆਇਆ ਕੇਂਦਰ ਸਰਕਾਰ ਨੇ ਇਹ ਸਾਰੇ ਵਾਪਸ ਹੋਣੇ ਚਾਹੀਦੇ ਆ ਔਰ ਮੈਂ ਸਮਝਦਾ ਕਿ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਬਗੈਰ ਇਹ ਦੇਸ਼ ਸਰਵਾਈਵ ਨਹੀਂ ਕਰ ਸਕਦਾ ਇਹ ਦੇਸ਼ ਕਿਸੇ ਇੱਕ ਵਰਗ ਦਾ ਕਿਸੇ ਇੱਕ ਧਰਮ ਦਾ ਨਹੀਂਗਾ ਇੰਡੀਆ ਦੀ ਜਿਹੜੀ ਸਟਰੈਂਥ ਆ ਉਹ ਕੀ ਕਹਿੰਦੇ ਹੁੰਦੇ ਕਿ ਯੂਨਿਟੀ ਇਨ ਡਾਈਵਰਸਿਟੀ ਇਸ ਕਰਕੇ ਸਾਰਿਆਂ ਦਾ ਮਾਨ ਸਤਕਾਰ ਕਰਨਾ ਚਾਹੀਦਾ ਬਲਕਿ ਜੰਮੂ ਕਸ਼ਮੀਰ ਦੇ ਜਿਹੜੇ ਦੋ ਟੋਟੇ ਕੀਤੇ ਆ ਕੇਂਦਰ ਸਰਕਾਰ ਨੇ ਉਹ ਗਲ